ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਵਧੀਆ ਪਰਸਨੈਲਿਟੀ ਦੀ ਤੇ ਇੱਕ ਵਧੀਆ ਡਰੈਸਿੰਗ ਸੈਂਸ ਦੀ ਤਾਂ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ ਕਿ ਤੁਸੀਂ ਕੀ ਵੇਅਰ ਕਰਦੇ ਪਏ ਹੋ ਤੇ ਤੁਸੀਂ ਕੀ ਵੇਅਰ ਨਹੀਂ ਕਰਨਾ। 12 ਥਿੰਗਸ ਯੂ ਸ਼ੁੱਡ ਨਾਟ ਵੇਅਰ ਗਾਈਜ਼, 12 ਚੀਜ਼ਾਂ ਐਸੀਆਂ ਜੋ ਅਸੀਂ ਇਸ ਸਾਲ ਨਹੀਂ ਪਾਵਾਂਗੇ ਬਿਕੋਜ਼ ਅਸੀਂ ਉਹ ਗਲਤੀਆਂ ਹਰ ਸਾਲ ਕਰਦੇ ਆ ਰਹੇ ਹਾਂ, ਹੁਣ ਨਹੀਂ ਕਰਾਂਗੇ ਬਿਕੋਜ਼ ਜੇ ਅਸੀਂ ਟਰਾਈ ਕੀਤੀਆਂ ਸਾਡੀ ਪਰਸਨੈਲਿਟੀ ਤੇ ਸਾਡੀ ਡਰੈਸਿੰਗ ਸੈਂਸ ਤੇ ਉਹ ਬਹੁਤ ਬੁਰਾ ਅਸਰ ਪਾਉਣਗੀਆਂ। ਨੰਬਰ 1 ਇਜ਼ ਨੋ ਬੋਕਸਰਸ। ਗਾਈਜ਼ ਮੈਂ ਤਾਂ ਹੈਰਾਨ ਹੁੰਦਾ ਦੇਖ ਕੇ ਇਹ ਗੱਲ ਨੂੰ ਕਿ ਤੁਸੀਂ ਆਪਣੇ ਘਰ ਦੇ ਵਿੱਚ ਤਾਂ ਚਲੋ ਠੀਕ ਆ, ਜਿਮ ਦੇ ਵਿੱਚ ਵੀ ਤੇ ਆਪਣੇ ਘਰ ਤੋਂ ਬਾਹਰ ਮਾਰਕੀਟ ਦੇ ਵਿੱਚ ਵੀ ਬੋਕਸਰਸ ਪਾ ਕੇ ਜਾਂਦੇ ਹੋ। ਮੰਨ ਲਿਆ ਕਿ ਹੁਣ ਗਰਮੀਆਂ ਆ ਗਈਆਂ ਨੇ, ਸਮਰਸ ਆ ਗਈਆਂ ਨੇ, ਆਪਣੇ ਤੋਂ ਜੀਨਸ ਲੋਅਰ ਟਰਾਊਜ਼ਰਸ ਨਹੀਂ ਪੈਂਦੇ, ਬਟ ਐਟਲੀਸਟ ਕੋਈ ਯਾਰ ਬ੍ਰਾਂਡ ਦੀ ਕੋਈ ਸ਼ਾਰਟਸ ਪਾ ਲਓ। ਨਾਇਕੀ ਐਡੀਡਾਸ ਪਿਊਮਾ ਤੁਸੀਂ ਇਹ ਅਫੋਰਡ ਨਹੀਂ ਕਰ ਸਕਦੇ, ਕੋਈ ਸਿੰਪਲ ਬ੍ਰਾਂਡ ਦੀ ਪਾ ਲਓ ਯਾਰ, ਬਟ ਬੋਕਸਰ ਸੀਰੀਅਸਲੀ ਜੇ ਅਸੀਂ ਗੱਲ ਕਰਦੇ ਹਾਂ ਨਾ ਇੱਕ ਵਧੀਆ ਪਰਸਨੈਲਿਟੀ ਦੇ ਇੱਕ ਵਧੀਆ ਡਰੈਸਿੰਗ ਸੈਂਸ ਦੀ, ਉਹਦੇ ਵਿੱਚ ਬੋਕਸਰ ਇੰਕਲੂਡ ਬਿਲਕੁਲ ਨਹੀਂ ਹੁੰਦੇ। ਇੱਕ ਬੈਡ ਹੈਬਿਟ ਹੈ, ਇਹਨੂੰ ਛੱਡ ਦਿਓ। ਅੱਜ ਤੋਂ ਬਾਅਦ ਜੇ ਅਸੀਂ ਸਿਰਫ ਸ਼ਾਰਟਸ ਪਾਵਾਂਗੇ ਤਾਂ ਐਟਲੀਸਟ ਕੋਈ ਚੰਗੇ ਬ੍ਰਾਂਡ ਦੀ ਪਾਵਾਂਗੇ, ਅਸੀਂ ਕੋਈ ਨਾਰਮਲ ਬੋਕਸਰਸ ਪਾ ਕੇ ਬਾਹਰ ਨਹੀਂ ਘੁੰਮਾਂਗੇ। ਨੰਬਰ 2 ਇਜ਼ ਸਟਾਪ ਵੇਅਰਿੰਗ ਗਲੋਸੀ ਸ਼ੂਜ਼ ਵਿਦ ਜੀਨਸ। ਤੁਸੀਂ ਕੋਈ ਆਪਣੇ ਸ਼ਾਈਨਿੰਗ ਸ਼ੂਜ਼, ਗਲੋਸੀ ਸ਼ੂਜ਼ ਜਿਹੜੇ ਫਾਰਮਲ ਸ਼ੂਜ਼ ਹੁੰਦੇ ਨੇ ਬੇਸਿਕਲੀ, ਅਸੀਂ ਉਹਨੂੰ ਵੇਅਰ ਕਰਦੇ ਹਾਂ ਆਪਣੀ ਜੀਨਸ ਨਾਲ, ਜੋ ਕਿ ਬਿਲਕੁਲ ਗਲਤ ਰੂਲ ਹੈ। ਅਸੀਂ ਕਦੇ ਵੀ ਉਹਨੂੰ ਜੀਨਸ ਨਾਲ ਟਰਾਈ ਨਹੀਂ ਕਰਨਾ। ਸ਼ਾਈਨੀ ਗਲੋਸੀ ਫਾਰਮਲ ਸ਼ੂਜ਼ ਅਸੀਂ ਹਮੇਸ਼ਾ ਵੇਅਰ ਕਰਾਂਗੇ ਆਪਣੇ ਫਾਰਮਲ ਪੈਂਟਸ ਨਾਲ, ਬਿਕੋਜ਼ ਉਹ ਪਾਰਟੀ ਵੇਅਰ ਸ਼ੂਜ਼ ਨੇ। ਨੰਬਰ 3 ਇਜ਼ ਵੁੱਡ ਲੈਂਡ ਸ਼ੂਜ਼। ਸਾਨੂੰ ਬ੍ਰਾਂਡ ਦਾ ਨਾਮ ਤਾਂ ਯਾਦ ਹੀ ਹੋਣਾ, ਸਾਨੂੰ ਤਾਂ ਯਾਦ ਕੀ ਹੋਣਾ, ਮੈਂ ਕਹਿੰਦਾ ਆਪਣੇ ਡੈਡ ਨੂੰ ਵੀ ਯਾਦ ਹੋਊਗਾ, ਕਿਉਂਕਿ ਇਹ ਬ੍ਰਾਂਡ ਬਹੁਤ ਮਸ਼ਹੂਰ ਬ੍ਰਾਂਡ ਹੈ। ਜੇ ਅਸੀਂ ਗੱਲ ਕਰੀਏ ਕੁਆਲਿਟੀ ਦੀ, ਜੇ ਅਸੀਂ ਗੱਲ ਕਰੀਏ ਸਟਰੈਂਥ ਦੀ, ਤਾਂ ਨੰਬਰ 1 ਸ਼ੂਜ਼ ਹੈ, ਬਟ ਜੇ ਅਸੀਂ ਗੱਲ ਕਰੀਏ ਫੈਸ਼ਨ ਦੇ ਤੌਰ 'ਤੇ ਤਾਂ ਇਹ ਸ਼ੂਜ਼ ਫੈਸ਼ਨ ਦੇ ਵਿੱਚ ਇੰਕਲੂਡ ਬਿਲਕੁਲ ਵੀ ਨਹੀਂ ਹੁੰਦਾ, ਬਿਕੋਜ਼ ਇਹਦੀ ਸ਼ੇਪ ਬਹੁਤ ਜ਼ਿਆਦਾ ਬੇਸਿਕ ਹੈ। ਨੰਬਰ 4, ਹੁਣ ਸਮਰਸ ਆ ਚੁੱਕਿਆ ਨੇ, ਅਸੀਂ ਪਾਵਾਂਗੇ ਕਿ ਟੀ ਸ਼ਰਟਸ, ਸ਼ਰਟਸ ਜਾਂ ਫਿਰ ਪੋਲੋ ਟੀ ਸ਼ਰਟ ਜਿਵੇਂ ਰਾਈਟ ਨਾ ਹੁਣ ਪਾਈ ਹੋਈ ਆ, ਬਟ ਅਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ, ਉਹ ਕੀ ਆ ਕਿ ਅਸੀਂ ਕਦੇ ਵੀ ਆਪਣੀ ਸ਼ਰਟ ਥੱਲੇ ਜਾਂ ਟੀ ਸ਼ਰਟ ਥੱਲੇ ਵਾਈਟ ਕਲਰ ਦੀ ਅੰਡਰ ਸ਼ਰਟ ਨਹੀਂ ਪਾਵਾਂਗੇ। ਕਿਉਂ ਨਹੀਂ ਪਾਵਾਂਗੇ, ਮੈਂ ਆਲਰੇਡੀ ਵੀਡੀਓ ਪਾ ਚੁੱਕੀ ਹਾਂ ਕਿ ਅਸੀਂ ਕਿਹੜੇ ਕਲਰ ਦੀ ਅੰਡਰ ਸ਼ਰਟ ਨੂੰ ਟਰਾਈ ਕਰਾਂਗੇ ਆਪਣੀ ਸਕਿਨ ਟਾਈਪ ਦੇ ਅਕੋਰਡਿੰਗਲੀ, ਕਿਉਂਕਿ ਮੈਂ ਚਾਹੁੰਦਾ ਕਿ ਅਸੀਂ ਕੋਈ ਅੰਡਰ ਸ਼ਰਟ ਪਾਈਏ ਤੇ ਆਪਣੀ ਸ਼ਰਟ ਵਿੱਚ ਵਿਜ਼ਿਬਲ ਹੋਵੇ, ਉਹਦੀ ਆਊਟਲਾਈਨ ਜਿਹੜੀ ਬਣਦੀ ਨਾ ਇੱਥੋਂ ਸ਼ਰਟ ਵਿੱਚੋਂ, ਤੁਹਾਡੀ ਸ਼ਰਟ ਦੀ ਸਾਰੀ ਗ੍ਰੇਸ ਖਤਮ ਹੋ ਜਾਂਦੀ ਹੈ ਤੇ ਤੁਹਾਡੀ ਪਰਸਨੈਲਿਟੀ ਤੇ ਉਹ ਬਹੁਤ ਇਫੈਕਟ ਪਾਉਂਦੀ ਹੈ। ਨੰਬਰ 5, ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ ਆਪਣੇ ਰੂਲ ਨੰਬਰ 5 ਦੇ ਬਾਰੇ ਜੋ ਕਿ ਬਹੁਤ ਇੰਪੋਰਟੈਂਟ ਹੈ, ਆਈ ਰੀਅਲੀ ਵਾਂਟ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਗਾਈਜ਼ ਆਪਾਂ ਹਰ ਹਫ਼ਤੇ ਵੀਡੀਓ ਪੋਸਟ ਕਰਦੇ ਹਾਂ ਫੈਸ਼ਨ ਦੇ ਬਾਰੇ, ਅਸੀਂ ਕੀ ਗਲਤੀਆਂ ਕਰਦੇ ਆ ਰਹੇ ਹਾਂ, ਅਸੀਂ ਕਿਵੇਂ ਆਪਣੀ ਲੁੱਕ ਪਰਸਨੈਲਿਟੀ ਨੂੰ ਇੰਪਰੂਵ ਕਰਨਾ, ਸੋ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ। ਕਦੇ ਵੀ ਵਾਈਟ ਰੰਗ ਦੀ 50 ਅਸੀਂ ਨਹੀਂ ਬਣਾਂਗੇ। ਜੀ ਹਾਂ ਗਾਈਜ਼, ਸਮਰਸ ਦੇ ਵਿੱਚ ਅਸੀਂ ਕੋਸ਼ਿਸ਼ ਕਰਨੀ ਆ ਅਸੀਂ ਵਾਈਟ 50 ਨੂੰ ਕਰਨਾ ਅਵੋਇਡ। ਦੇਖੋ, ਇੱਕ ਤਾਂ ਗੰਦੀ ਬਹੁਤ ਹੁੰਦੀ ਸਵੈਟਿੰਗ ਆਉਣ ਦੇ ਨਾਲ, ਰਾਈਟ। ਨੰਬਰ 2 ਕੀ ਆ, ਮੈਂ ਚਾਹੁੰਦਾ ਕਿ ਤੁਸੀਂ ਮੋਸਟਲੀ ਪੱਗਾਂ ਡਾਰਕ ਹੀ ਟਰਾਈ ਕਰੋ ਆਪਣੇ ਸਮਰਸ ਵਿੱਚ, ਬਿਕੋਜ਼ ਆਈ ਡੋਨਟ ਵਾਂਟ ਕਿ ਤੁਹਾਡੇ ਇੱਥੇ ਕੋਈ ਸਵੈਟਿੰਗ ਸ਼ੋਅ ਹੋਵੇ, ਰਾਈਟ। ਕੋਈ ਪੱਗਾਂ ਦੇ ਲਾਈਟ ਰੰਗ ਦੀ ਨਾ ਬਹੁਤ ਜਲਦੀ ਇੱਥੇ ਸਵੈਟਿੰਗ ਆ ਜਾਂਦੀ, ਤਾਂ ਉਹ ਬਹੁਤ ਔਡ ਲੱਗਦੀ ਆ। ਸੋ ਕੋਸ਼ਿਸ਼ ਕਰੋ ਹਮੇਸ਼ਾ ਤੁਸੀਂ ਡਾਰਕ ਕਲਰ ਦੀ ਪੱਗਾਂ ਨੂੰ ਟਰਾਈ ਕਰੋ ਸਮਰਸ ਵਿੱਚ। ਨੰਬਰ 6 ਇਜ਼ ਬੈਲ ਬੋਟਮ ਪੈਂਟਸ। ਤੁਸੀਂ ਇਹਨੂੰ ਬੂਟ ਕੱਟ ਪੈਂਟਸ ਵੀ ਕਹਿ ਦਿੰਦੇ ਹੋ, ਬਹੁਤ ਸਾਰੇ ਨਾਮ ਰੱਖੇ ਹੋਏ ਨੇ। ਚਲੋ ਆਪਾਂ ਗੱਲ ਕਰਦੇ ਹਾਂ ਮੇਨ ਮੁੱਦੇ ਦੀ। ਗੱਲ ਇਹ ਆ ਵੀ ਬਹੁਤ ਸਾਰੇ ਮੁੰਡੇ ਐਸੇ ਨੇ ਜਿਨ੍ਹਾਂ ਨੂੰ ਬੈਲ ਬੋਟਮ ਪੈਂਟ ਸੂਟ ਕਰਦੀਆਂ ਨੇ, ਬਟ ਮੋਸਟਲੀ ਮੁੰਡੇ ਐਸੇ ਨੇ ਜਿਨ੍ਹਾਂ ਨੂੰ ਸੂਟ ਹੀ ਨਹੀਂ ਕਰਦੀਆਂ, ਤਾਂ ਬਸ ਵੇਖ ਵੇਖ ਕਿਸੇ ਹੋਰ ਨੂੰ ਉਹਦੇ ਪਿੱਛੇ ਲੱਗ ਕੇ ਟਰਾਈ ਕਰਨ ਦੀ ਕੋਸ਼ਿਸ਼ ਕਰਦੇ ਨੇ। ਦੇਖੋ, ਮੈਂ ਹਮੇਸ਼ਾ ਕਹਿੰਦਾ ਕਿ ਤੁਸੀਂ ਕੋਈ ਵੀ ਚੀਜ਼ ਟਰਾਈ ਕਰਨੀ ਆ ਕਰੋ, ਬਟ ਪਹਿਲੀ ਚੀਜ਼ ਰੱਖਣੀ ਆਪਾਂ ਖਿਆਲ ਵਿੱਚ ਕਿ ਆਪਣੀ ਬਾਡੀ ਦੀ ਸ਼ੇਪ ਕਿਵੇਂ ਦੀ ਆ, ਬਾਡੀ ਦੀ ਸਾਈਜ਼ ਕੀ ਆ ਆਪਣਾ, ਤੇ ਆਪਣੀ ਹਾਈਟ ਕੀ ਆ, ਉਸ ਤੋਂ ਬਾਅਦ ਕੋਈ ਚੀਜ਼ ਨੂੰ ਟਰਾਈ ਕਰੋ। ਬੈਲ ਬੋਟਮ ਪਾਉਣਾ ਕੋਈ ਗਲਤ ਚੀਜ਼ ਨਹੀਂ ਆ, ਬਟ ਕਿਸੇ ਨੂੰ ਹੀ ਇਹ ਪੈਂਟ ਸੂਟ ਕਰਦੇ ਆ, ਬਿਕੋਜ਼ ਜਿਹਦੀ ਹਾਈਟ ਬਿਲਕੁਲ ਪ੍ਰੋਪਰ ਹੈਗੀ ਆ, ਜਿਹਦੀ ਬਾਡੀ ਵੇਟ, ਜਿਹਦੀ ਬਾਡੀ ਦੇ ਮਸਲਸ ਬਣੇ ਹੋਏ ਨੇ, ਡੈਫੀਨਟਲੀ ਉਹਨੂੰ ਸੂਟ ਕਰੂਗੀ ਕਰੂਗੀ। ਨੰਬਰ 7 ਇਜ਼ ਅੰਡਰਆਰਮ ਹੈਅਰ ਗਰੋਥ। ਦੇਖੋ, ਤੁਹਾਡੀ ਅੰਡਰਆਰਮ ਹੈਅਰ ਗਰੋਥ ਹੋਣਾ ਕੋਈ ਬੁਰੀ ਗੱਲ ਨਹੀਂ ਆ, ਬਟ ਤੁਸੀਂ ਇਹ ਅੰਡਰਆਰਮ ਹੇਅਰ ਗਰੋਥ ਹੋਣ ਦੇ ਬਾਵਜੂਦ ਵੀ ਤੁਸੀਂ ਜੇ ਕੋਈ ਟੈਂਕ ਟੌਪ ਪਾਉਂਦੇ, ਕੁਛ ਵੀ ਪਾਉਂਦੇ ਹੋ, ਬਾਹਰ ਜਾਣ ਲੱਗਿਆ ਤਾਂ ਬਹੁਤ ਬੁਰੇ ਲੱਗਦੇ ਹੋ ਯਾਰ, ਤੁਹਾਨੂੰ ਨਹੀਂ ਲੱਗਦਾ ਇਸ ਚੀਜ਼ ਦਾ ਪਤਾ ਕਿ ਤੁਸੀਂ ਕੀ ਪਾਇਆ ਹੋਇਆ, ਬਟ ਦੇਖਣ ਵਾਲਾ ਬੰਦਾ ਐਂਬੈਰਸ ਹੋ ਜਾਂਦਾ। ਐਂਡ ਸੈਕੰਡਲੀ, ਜਿਹਦੀ ਬਾਡੀ ਵਧੀਆ ਹੈਗੀ, ਜਿਹਦੇ ਮਸਲਸ ਬਣੇ ਹੋਏ ਨੇ, ਉਹਨੂੰ ਤਾਂ ਲੋੜ ਹੀ ਨਹੀਂ ਦਿਖਾਉਣ ਦੀ ਕਿਸੇ ਨੂੰ, ਉਹਦੀ ਆਰਮਸ, ਉਹਦੀ ਫੋਰ ਆਰਮਸ ਤਾਂ ਵੈਸੇ ਹੀ ਹੋ ਜਾਂਦਾ, ਆਪਣਾ ਆਈਡੀਆ ਕਿ ਬੰਦੇ ਦੀ ਬਾਡੀ ਬਣੀ ਹੋਈ ਆ। ਨੰਬਰ 8, ਮੈਂ ਤੁਹਾਨੂੰ ਹਮੇਸ਼ਾ ਕਹਿੰਦਾ, ਆਲਮੋਸਟ ਹਰ ਇੱਕ ਵੀਡੀਓ 'ਚ ਕਹਿੰਦਾ ਕਿ ਤੁਸੀਂ ਕਦੇ ਵੀ ਵਾਈਟ ਸੌਕਸ ਨੂੰ ਟਰਾਈ ਨਹੀਂ ਕਰੋਗੇ ਆਪਣੇ ਕਿਸੇ ਵੀ ਫਾਰਮਲ ਆਊਟਫਿਟ ਦੇ ਨਾਲ। ਸਪੋਰਟਸ ਸ਼ੂਜ਼ ਦੇ ਨਾਲ ਤੁਸੀਂ ਟਰਾਈ ਕਰੋ ਉਹਨੂੰ ਸਪੋਰਟਸ ਐਕਟੀਵਿਟੀ ਦੇ ਡਿਊਰਿੰਗ, ਬਟ ਕਦੇ ਵੀ ਅਸੀਂ ਫਾਰਮਲ ਸ਼ੂਜ਼ ਦੇ ਨਾਲ ਵਾਈਟ ਸੌਕਸ ਨੂੰ ਨਹੀਂ ਪਾਵਾਂਗੇ। ਨੰਬਰ 9, ਬਹੁਤ ਹੀ ਕਾਮਨ ਮਿਸਟੇਕ, ਮੁੰਡੇ ਵੀ ਕਰਦੇ ਨੇ, ਲੇਡੀਜ਼ ਵੀ, ਜੈਂਟਸ ਵੀ, ਤੇ ਕੁੜੀਆਂ ਵੀ ਕਰਦੀਆਂ ਨੇ, ਕਰਨਗੇ ਕੀ ਉਹ ਰਾਤ ਦੇ ਫੰਕਸ਼ਨ ਉੱਤੇ, ਯਾਨੀ ਕਿ ਸ਼ਾਮ ਦੇ ਟਾਈਮ ਤੋਂ ਬਾਅਦ ਉਹ ਗਲਾਸਿਸ ਨੂੰ ਵੇਅਰ ਕਰ ਲੈਣਗੇ। ਯਾਰ, ਗਲਾਸਿਸ ਬਣੇ ਹੋਏ ਨੇ ਸਿਰਫ ਤੇ ਸਿਰਫ ਆਪਣੀ ਆਈਜ਼ ਨੂੰ ਬਚਾਉਣ ਵਾਸਤੇ, ਸਨਲਾਈਟ ਤੋਂ ਡਾਇਰੈਕਟ ਕਨੈਕਸ਼ਨ ਨਾ ਹੋਵੇ ਆਪਣਾ।
ਇਹ ਵੀ ਇੱਕ ਰੂਲ ਆ ਜਾਂਦਾ ਇੱਕ ਗੁੱਡ ਪਰਸਨੈਲਿਟੀ ਦੇ ਵਿੱਚ, ਇੱਕ ਗੁੱਡ ਡਰੈਸਿੰਗ ਸੈਂਸ ਦੇ ਵਿੱਚ ਇਹ ਚੀਜ਼ ਇੰਕਲੂਡ ਹੁੰਦੀ ਆ। ਸੋ ਅੱਜ ਤੋਂ ਬਾਅਦ ਅਸੀਂ ਇਹ ਗਲਤੀ ਬਿਲਕੁਲ ਨਹੀਂ ਕਰਨੀ। ਨੋ ਸਨ ਗਲਾਸਿਸ ਡਿਊਰਿੰਗ ਨਾਈਟ ਟਾਈਮ, ਹਮੇਸ਼ਾ ਸੀਨ ਪਾਵਾਂਗੇ ਡਿਊਰਿੰਗ ਡੇ ਟਾਈਮ। ਨੰਬਰ 10, ਅਸੀਂ ਇਹ ਗਲਤੀ ਬਹੁਤ ਕਾਮਨਲੀ ਕਰਦੇ ਹਾਂ, ਸਪੈਸ਼ਲੀ ਆਪਣੀਆਂ ਮੋਮਸ ਇਹ ਗਲਤੀਆਂ ਬਹੁਤ ਕਰਦੀਆਂ ਨੇ। ਉਹ ਕਰਦੇ ਆ ਕੀ ਨੇ ਕਿ ਟਾਈਮ ਪਹਿਲਾਂ ਚੈੱਕ ਨਹੀਂ ਕਰਨਗੇ ਵਾਚ ਦਾ ਕੀ ਆ, ਅਤੇ ਪਾ ਕੇ ਫੰਕਸ਼ਨ 'ਤੇ ਚਲੇ ਜਾਣਗੇ ਆਪਣੀ ਸ਼ੋਅ ਬਣਾਉਣ ਵਾਸਤੇ ਕਿ ਅਸੀਂ ਵਾਚ ਪਾਈ ਹੋਈ ਆ। ਉੱਥੇ ਜਦੋਂ ਜਾਣਗੇ ਟਾਈਮ ਦੇਖਣਗੇ ਟਾਈਮ ਕੁਛ ਹੋਰ 'ਚ ਹੁੰਦਾ, ਫਿਰ ਐਮਬੈਰਸ ਹੁੰਦੇ ਨੇ ਕਿ ਅਸੀਂ ਇਹਨੂੰ ਖੋਲੀਏ ਜਾਂ ਅਸੀਂ ਇਹਨੂੰ ਪਾ ਕੇ ਰੱਖੀਏ। ਕੋਸ਼ਿਸ਼ ਕਰੋ ਇਹੀ ਕਿ ਅਸੀਂ ਹਮੇਸ਼ਾ ਓਰਿਜਨਲ ਵਾਚ ਨੂੰ ਬਾਏ ਕਰੀਏ, ਟਾਈਮ ਚੈੱਕ ਕਰਕੇ ਕਨਫਰਮ ਕਰਕੇ ਫਿਰ ਇਹਨੂੰ ਪਾ ਕੇ ਜਾਓ ਕਿ ਹਾਂ ਉਹ ਚੱਲਦੀ ਪਈ ਹੈ, ਇਟਸ ਵਰਕਿੰਗ। ਨੰਬਰ 11, ਅਗੇਨ ਵੈਰੀ ਇੰਪੋਰਟੈਂਟ ਪੁਆਇੰਟ ਐਂਡ ਵੈਰੀ ਕਾਮਨ ਮਿਸਟੇਕ, ਤੁਸੀਂ ਕਦੇ ਵੀ ਆਪਣੇ ਕੋਈ ਨੋਨ ਬ੍ਰੈਂਡਡ ਸ਼ੂਜ਼ ਨਹੀਂ ਪਾਓਗੇ। ਆਲਵੇਜ਼ ਬਾਏ ਏ ਬ੍ਰੈਂਡਡ ਸ਼ੂਜ਼। ਦੇਸੀ ਕੰਪਨੀ ਦੇ ਖਰੀਦੇ ਹੋਏ ਕੋਈ ਸ਼ੂਜ਼ ਜਿਹੜੇ ਹੁੰਦੇ ਨੇ ਆਪਣੇ ਪੈਰਾਂ ਨੂੰ ਬੜਾ ਨੁਕਸਾਨ ਕਰਦੇ ਨੇ। ਦੇਖੋ ਪੈਰ ਆਪਣੇ ਹੈਗੇ ਨੇ ਪਰਮਾਨੈਂਟ, ਸ਼ੂਜ਼ ਆਪਣੇ ਹੈਗੇ ਨੇ ਟੈਂਪਰੇਰੀ, ਤੁਹਾਡੇ ਕੋਲ ਪੈਸੇ ਜ਼ਿਆਦਾ ਨਹੀਂ ਹੈਗੇ, ਵੇਖ ਕੇ ਵਧੀਆ ਕੰਪਨੀ ਸ਼ੂਜ਼ ਲਓ। ਬਿਕੋਜ਼ ਅੱਜ ਕੱਲ੍ਹ ਆਫਰ ਬਹੁਤ ਚੱਲਦੇ ਪਏ ਨੇ ਕੰਪਨੀਆਂ 'ਤੇ ਯਾਰ। ਇੱਕ ਵਧੀਆ ਸ਼ੂਜ਼ ਦੀ ਸਟਾਰਟਿੰਗ ਆਪਣੀ ਹੋ ਜਾਂਦੀ 1500 ਤੋਂ ਸ਼ੁਰੂ ਹੋ ਜਾਂਦੀ ਆ, 2000 ਤੋਂ ਸ਼ੁਰੂ ਹੋ ਜਾਂਦੀ ਆ। ਇਸ ਤੋਂ ਘੱਟ ਸ਼ੂ ਲਓਗੇ ਨਾ ਤੁਹਾਡੇ ਪੈਰਾਂ 'ਤੇ ਉਹ ਨੁਕਸਾਨ ਹੀ ਕਰਨਗੇ, ਤੁਹਾਡੇ ਪੈਰ ਪੀੜ ਕਰਨਗੇ, ਆਪਣੀ ਪੈਰਾਂ ਦੀ ਸ਼ੇਪ ਖਰਾਬ ਹੋ ਜਾਊਗੀ। ਕਿਉਂ ਲੈਣਾ ਪੰਗਾ, ਬਾਏ ਏ ਬ੍ਰੈਂਡਡ ਸ਼ੂਜ਼। ਲਾਸਟ ਨੰਬਰ 12, ਤੁਸੀਂ ਮੁੰਡੇ ਕੀ ਕਰਦੇ, ਤੁਸੀਂ ਹਮੇਸ਼ਾ ਮੈਂ ਦੇਖਿਆ ਮੁੰਡੇ ਨਾ ਆਪਣੀ ਜੀਨਸ ਨੂੰ ਫੋਲਡ ਕਰਦੇ ਹੋਣਗੇ ਥੱਲੋਂ, ਕਿਉਂਕਿ ਜੀਨ ਉਹਨਾਂ ਦੀ ਬਹੁਤ ਲੰਬੀ ਹੁੰਦੀ ਹੈ ਉਹਨਾਂ ਦੀ ਹਾਈਟ ਦੇ ਅਕੋਰਡਿੰਗਲੀ। ਇੱਦਾਂ ਕਿਉਂ ਕਰਦੇ ਹਾਂ, ਕੋਈ ਰੀਜ਼ਨ ਪਿੱਛੇ ਖਾਸ ਮੈਨੂੰ ਨਾ ਤਾਂ ਕੋਈ ਰੀਜ਼ਨ ਹੋਊਗਾ। ਕੋਸ਼ਿਸ਼ ਕਰਨੀ ਆ ਜਦੋਂ ਵੀ ਅਸੀਂ ਕਿਸੇ ਬ੍ਰਾਂਡ ਤੋਂ ਜਾ ਕੇ ਕੋਈ ਜੀਨਸ ਕੋਈ ਟਰਾਊਜ਼ਰਸ ਲੈਂਦੇ ਹਾਂ, ਅਸੀਂ ਉਹਨਾਂ ਨੂੰ ਕਹਿਣਾ ਬਾਈ ਸਾਡੇ ਬੋਡੀ ਅਕੋਰਡਿੰਗਲੀ ਇਹਦੀ ਆਲਟਰੇਸ਼ਨ ਕਰਦੇ ਤਾਂ ਕਿ ਸਾਨੂੰ ਥੱਲੇ ਫੋਲਡ ਨਾ ਕਰਨੀ ਪਵੇ। ਮੈਂ ਕਹਿੰਦਾ ਅੱਧੇ ਘੰਟੇ ਦਾ ਕੰਮ ਹੁੰਦਾ, ਅੱਧਾ ਘੰਟਾ ਵੀ ਨਹੀਂ 10 ਮਿੰਟ ਦਾ ਕੰਮ ਹੁੰਦਾ, ਉਹਨਾਂ ਨੂੰ ਕਹਿ ਦਿਓ ਤੁਹਾਡੀ ਆਲਟਰੇਸ਼ਨ ਨੂੰ ਕਰਕੇ ਦੇਣਗੇ ਨਾਲ ਦੀ ਨਾਲ ਹੀ, ਉਹਨੂੰ ਪਾਓ, ਇਹ 'ਚ ਕੀ ਦਿੱਕਤ ਹੈ। ਅਸੀਂ ਕਿਹੜੀ ਟਾਈਪ ਆਫ ਜੀਨਸ ਨੂੰ ਅਵੋਇਡ ਕਰਾਂਗੇ, ਕੀ ਅਸੀਂ ਗਲਤੀਆਂ ਕਰਦੇ ਆ ਰਹੇ ਹਾਂ। ਇਫ ਯੂ ਵਾਂਟ ਮੀ ਟੂ ਮੇਕ ਅ ਵੀਡੀਓ ਔਨ ਜੀਨਸ ਟਾਈਪ, ਯੈਸ ਭਾਜੀ ਮੇਕ ਅ ਵੀਡੀਓ ਔਨ ਜੀਨਸ, ਮੈਕਸੀਮਮ ਕਮੈਂਟ ਆਉਣ ਅਤੇ ਮੈਂ ਇਹ ਟੋਪਿਕ 'ਤੇ ਜ਼ਰੂਰ ਵੀਡੀਓ ਲੈ ਕੇ ਆਊਂਗਾ। ਸੋ ਵੱਧ ਵੱਧ ਕਮੈਂਟ ਕਰੋ ਕਿ ਭਾਜੀ ਮੇਕ ਅ ਵੀਡੀਓ ਔਨ ਜੀਨਸ। ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ। ਅਸੀਂ ਹਰ ਹਫ਼ਤੇ ਗੱਲ ਕਰਦੇ ਹਾਂ ਫੈਸ਼ਨ ਦੀਆਂ ਗਲਤੀਆਂ ਬਾਰੇ, ਕਿਵੇਂ ਅਸੀਂ ਇੰਪਰੂਵ ਕਰਨਾ ਐਂਡ ਅਸੀਂ ਬੈਟਰ ਗਰੋ ਕਰਨਾ। ਸੋ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਂਡ ਅਸੀਂ ਮਿਲਦੇ ਹਾਂ ਨੈਕਸਟ ਵੀਕ। ਟਿਲ ਦੈਨ ਸਟੇ ਸ਼ਾਰਪ, ਸਟੇ ਫਿਟ ਐਂਡ ਸਟੇ ਟਿਊਨ ਫੋਰ ਮੋਰ।